ਲਓ ਜੀ, ਹੁਣ ਅਸੀਂ ਆ ਗਏ ਹਾਂ ਤਹਿਸੀਲ ਬਾਜ਼ਾਰ ਤਰਨ ਤਾਰਨ ਦੇ ਇੱਕ ਇਹੋ ਜਿਹੇ ਕਾਊਂਟਰ ਦੇ ਵਿੱਚ ਜਿਨ੍ਹਾਂ ਨੇ 1966 ਦੇ ਵਿੱਚ ਇਹ ਕੰਮ ਸ਼ੁਰੂ ਕੀਤਾ ਸੀ। ਜ਼ਿਆਦਾਤਰ ਇਹ ਜਿਹੜਾ ਕਾਊਂਟਰ ਹੈ ਆਪਣੀ ਕੁਆਲਿਟੀ ਅਤੇ ਆਪਣੀ ਕਲੈਕਸ਼ਨ ਦੇ ਨਾਲ ਹੀ ਕਾਫੀ ਮਸ਼ਹੂਰ ਹੈ। ਇਹ ਵਾਲੀ ਜਿਹੜੀ ਸ਼ੋਪ ਆ ਉਹ ਡੀਲ ਕਰਦੀ ਹੈ ਡਿਜ਼ਾਈਨਰ ਸੂਟਾਂ, ਲਹਿੰਗਿਆਂ ਅਤੇ ਹੋਰ ਵੀ ਕਾਫੀ ਵਰਾਇਟੀ ਦੇ ਵਿੱਚ। ਕਿੰਨੀ ਕੁ ਸੋਹਣੀ ਅਤੇ ਕਿੰਨੀ ਕੁ ਵਧੀਆ ਵਰਾਇਟੀ ਇੱਥੇ ਮਿਲਦੀਆਂ ਨੇ, ਅਸੀਂ ਚੱਲਾਂਗੇ ਇਹਦੇ ਅੰਦਰ। ਸਤਿ ਸ਼੍ਰੀ ਅਕਾਲ ਜੀ, ਹੁਣ ਅਸੀਂ ਪਹੁੰਚ ਚੁੱਕੇ ਹਾਂ ਗੰਡੀ ਮੰਡੀਆਂ ਦੀ ਹੱਟੀ 'ਤੇ। ਇਹ ਬਹੁਤ ਹੀ ਵਧੀਆ ਸਟੋਰ ਹੈ ਅਤੇ ਬਹੁਤ ਵੱਡਾ ਸਟੋਰ ਹੈ, ਇਸ ਲਈ ਇੰਨੇ ਵੱਡੇ ਸਟੋਰ ਦੀ ਕਲੈਕਸ਼ਨ ਦਿਖਾਉਣਾ ਇੱਕ ਜਾਣੇ ਲਈ ਤਾਂ ਥੋੜ੍ਹੀ ਮੁਸ਼ਕਿਲ ਹੈ। ਸੋ ਮੈਂ ਅਤੇ ਮੇਰੀ ਸਹਿਯੋਗੀ ਐਂਕਰ ਤੁਹਾਨੂੰ ਦਿਖਾਵਾਂਗੇ ਇੱਥੋਂ ਦੀ ਪੂਰੀ ਕਲੈਕਸ਼ਨ। ਆਓ ਦਿਖਾਉਂਦੇ ਹਾਂ। ਸੋ ਤੁਸੀਂ ਦੇਖ ਸਕਦੇ ਹੋ ਇਹ ਕਿ ਸ਼ਿਮਰ ਦਾ ਸੂਟ ਹੈ ਜਿਹਦੇ ਉੱਤੇ ਹੈਂਡਮੇਡ ਕਢਾਈ ਹੋਈ ਹੋਈ ਹੈ ਅਤੇ ਨਾਲ ਹੀ ਪਰਲਸ ਦੀ। ਕਿੰਨਾ ਪਿਆਰਾ ਸੂਟ ਹੈ ਜੋ ਕਿ ਹਰ ਓਕੇਸ਼ਨ ਹਰ ਮੈਰਿਜ ਪਾਰਟੀ 'ਤੇ ਆਰਾਮ ਨਾਲ ਪੈ ਸਕਦਾ। ਇਹ ਇਹਦਾ ਦੁਪੱਟਾ ਹੈ, ਤੁਸੀਂ ਦੁਪੱਟਾ ਦੇਖ ਸਕਦੇ ਹੋ। ਇਸ ਸੂਟ ਨੂੰ ਫਰਕਾਬਾਦੀ ਸੂਟ ਕਹਿੰਦੇ ਨੇ, ਜਿਹਦੀ ਕਢਾਈ ਸੂਟ ਦੇ ਉੱਤੇ ਕਢਾਈ ਦੇ ਨਾਲ ਨਾਲ ਉਹਦੀ ਬੋਟਮ ਦੇ ਉੱਤੇ ਵੀ ਤੁਹਾਨੂੰ ਦੇਖ ਸਕਦੇ ਹੋ ਕਿੰਨੀ ਪਿਆਰੀ ਕਢਾਈ ਮਿਲ ਰਹੀ ਹੈ। ਅਤੇ ਨਾਲ ਹੀ ਤਾਂ ਜਿਹੜਾ ਦੁਪੱਟਾ ਮਿਲ ਰਿਹਾ ਜਾਲ ਦੁਪੱਟਾ ਮਿਲ ਰਿਹਾ, ਲਾਈਕ ਤੁਸੀਂ ਉਹਦੀ ਪ੍ਰੋਪਰ ਕਢਾਈ ਦੇਖ ਸਕਦੇ ਹੋ। ਜਿਵੇਂ ਅੱਜ ਕੱਲ੍ਹ ਦੀ ਜਿਹੜੀ ਗਰਲਸ ਹੁੰਦੀਆਂ ਨੇ ਜ਼ਿਆਦਾ ਹੈਵੀ ਸੂਟ ਪਾਉਣਾ ਨਹੀਂ ਪਸੰਦ ਕਰਦੀਆਂ। ਤੁਸੀਂ ਦੇਖ ਸਕਦੇ ਹੋ ਮੇਰੇ ਅੱਗੇ ਜਿਹੜਾ ਸੂਟ ਪਿਆ ਉਹਨੂੰ ਔਰਗੈਂਜ਼ਾ ਸੂਟ ਕਹਿੰਦੇ ਨੇ, ਜਿਹਦੇ ਸਿਰਫ ਔਰ ਸਿਰਫ ਗਲੇ ਦੇ ਉੱਤੇ ਡਿਜ਼ਾਈਨ ਹੋਇਆ ਪਿਆ, ਗਲੇ 'ਤੇ ਹਲਕੀ ਜਿਹੀ ਕਢਾਈ ਨੂੰ ਦਿੱਤਾ ਗਿਆ। ਰਾਮਟੈਕ ਦਾ ਸੂਟ ਹੈ, ਅਗਰ ਇਹਦੀ ਕੱਪੜੇ ਦੀ ਗੱਲ ਕਰੀ ਕਾਫੀ ਕੰਫਰਟੇਬਲ ਕੱਪੜਾ ਹੈ। ਜੇ ਗੱਲ ਕਰੀ ਇੱਥੇ ਕਲੈਕਸ਼ਨਸ ਦੀ, ਤੁਹਾਨੂੰ ਲਹਿੰਗਾ ਮਿਲੇਗਾ, ਸ਼ਰਾਰਾ ਸੂਟ ਮਿਲੇਗਾ, ਨਾਲ ਹੀ ਤੁਹਾਨੂੰ ਡਰੈਸਿਸ ਮਿਲਣਗੀਆਂ। ਲੌਂਗ ਸ਼ਰਟ ਦੇ ਨਾਲ ਹੀ ਨਾਲ ਤੁਹਾਨੂੰ ਮਿਲਣਗੀਆਂ ਅਨਾਰਕਲੀ ਸ਼ਰਟ ਵੀ, ਅਤੇ ਨਾਲ ਹੀ ਨਾਲ ਤੁਹਾਨੂੰ ਮਿਲਣਗੀਆਂ ਸ਼ੋਰਟ ਸ਼ਰਟਸ ਵੀ। ਸੋ ਲਹਿੰਗੇ ਦੇ ਨਾਲ ਤੁਹਾਨੂੰ ਜਿਹੜੀ ਸ਼ਰਟਸ ਦੇ ਵਿੱਚ ਕਾਫੀ ਆਪਸ਼ਨਸ ਮਿਲ ਜਾਣਗੇ। ਇਹ ਤੁਸੀਂ ਦੇਖ ਸਕਦੇ ਹੋ ਲਹਿੰਗੇ ਦਾ ਕਲਰ ਵੀ ਬਹੁਤ ਪਿਆਰਾ, ਅਤੇ ਨਾਲ ਹੀ ਨਾਲ ਇਹ ਜਿਹੜੀ ਇਹ ਜਿਹੜਾ ਕਮੀਜ਼ ਬਣਿਆ ਹੋਇਆ ਤੁਸੀਂ ਦੇਖ ਸਕਦੇ, ਫਰੋਕ ਸਟਾਈਲ ਹੈ, ਸ਼ੋਰਟ ਟੌਪ ਵਾਂਗ ਬਣਿਆ ਹੋਇਆ, ਮਤਲਬ ਅੱਧੇ ਫੈਸ਼ਨ ਦੇ ਵਿੱਚ ਤੁਸੀਂ ਦੇਖ ਸਕਦੇ ਹੋ। ਇਹ ਅਨਾਰਕਲੀ ਸੂਟ ਹੈ, ਲਾਈਕ ਅਨਾਰਕਲੀ ਉੱਪਰ ਪੂਰਾ ਕਮੀਜ਼ ਬਣਿਆ ਹੋਇਆ ਅਤੇ ਨਾਲ ਲਹਿੰਗਾ ਹੈ। ਮਤਲਬ ਅਗਰ ਤੁਸੀਂ ਸ਼ੋਪ 'ਤੇ ਆ ਕੇ ਅਗਰ ਲਹਿੰਗੇ ਦਾ ਵੀ ਤੁਸੀਂ ਵਰਾਇਟੀ ਦੀ ਗੱਲ ਕਰੋ ਤਾਂ ਸਿੰਪਲ ਲਹਿੰਗਾ ਨਹੀਂ, ਲਹਿੰਗੇ ਦੇ ਵਿੱਚ ਵੀ ਕਈ ਤਰੀਕੇ ਦੀਆਂ ਵਰਾਇਟੀ ਵੇਖਣ ਨੂੰ ਮਿਲ ਰਹੀਆਂ। ਲਓ ਜੀ, ਹੁਣ ਅਸੀਂ ਗੱਲ ਕਰੀਏ, ਹੁਣ ਅਸੀਂ ਮੇਨ ਸੈਕਸ਼ਨ ਦੇ ਵਿੱਚ ਆ ਗਏ ਹਾਂ ਜਿਹਨੂੰ ਆਪਾਂ ਕਹਾਂਗੇ ਲਹਿੰਗਾ ਸੈਕਸ਼ਨ। ਅਤੇ ਲਹਿੰਗੇ ਦੀ ਵੀ ਕੋਈ ਇੱਕ ਵਰਾਇਟੀ ਨਹੀਂ ਮਿਲੇਗੀ, ਇਹ ਤੁਹਾਨੂੰ ਮਿਲਣਗੇ 100+ ਇੱਥੇ ਲਹਿੰਗੇ ਦੀ ਡਿਜ਼ਾਈਨਸ। ਤੁਸੀਂ ਦੇਖ ਸਕਦੇ ਹੋ ਇੱਕ ਤਾਂ ਮੈਂ ਹੀ ਬੜਾ ਸੋਹਣਾ ਲਹਿੰਗਾ ਪਾਇਆ, ਅਤੇ ਪਿੱਛੇ ਤੁਸੀਂ ਦੇਖ ਸਕਦੇ ਹੋ ਵਰਾਇਟੀਜ਼ ਹਰ ਇੱਕ ਲਹਿੰਗੇ ਦੀ। ਅਤੇ ਨਾਲ ਹੀ ਨਾਲ ਜੇ ਗੱਲ ਕਰੀਏ ਪ੍ਰਾਈਜ਼ ਦੀ, ਇੱਥੇ ਪ੍ਰਾਈਜ਼ ਇੱਥੇ ਬਹੁਤ ਬੈਸਟ ਨੇ ਅਤੇ ਨਾਲ ਹੀ ਨਾਲ ਜੈਨੂਇਨ ਨੇ, ਸ਼ਾਇਦ ਤਾਂ ਹੀ ਇਸ ਨੂੰ ਤਰ੍ਹਾਂ ਤਰ੍ਹਾਂ ਦਾ ਬੈਸਟ ਕਾਊਂਟਰ ਕਿਹਾ ਜਾਂਦਾ। ਕੋਈ ਵੀ ਵਿਆਹ ਸ਼ਾਦੀ ਦੇ ਵੀ ਵੈਸੇ ਵੀ ਨੋਰਮਲ ਪਾਉਣ ਵਾਲੇ ਵੀ ਬਹੁਤ ਵਧੀਆ, ਰੇਟ ਵੀ ਬਹੁਤ ਵਧੀਆ, ਮਤਲਬ ਆਪਣੇ ਬਜਟ 'ਚ ਹੀ ਲੱਗਦੇ ਪਏ ਆ, ਬਹੁਤ ਵਧੀਆ ਰੇਟ ਦਾ। ਠੀਕ ਹੈ, ਬਾਕੀ ਕਿੰਨਾ ਕੁ ਟਾਈਮ ਹੋ ਗਿਆ ਇੱਥੇ ਆਉਂਦੇ ਨੂੰ? ਸਾਨੂੰ ਹੋ ਗਏ 5-6 ਸਾਲ ਹੋ ਗਏ। ਹਾਂਜੀ, 5-6 ਸਾਲ ਹੋ ਗਏ ਲਗਾਤਾਰ ਹੀ ਆਉਂਦੇ ਅਸੀਂ ਇੱਥੇ, ਕੱਪੜੇ ਖਰੀਦਦੇ ਸਭ ਵਧੀਆ। ਹਾਂਜੀ, ਅਤੇ ਵਰਾਇਟੀ ਵਰੂਟੀ ਸਭ ਵਧੀਆ ਮਿਲ ਰਹੀ ਹੈ? ਵਧੀਆ, ਬਹੁਤ ਵਧੀਆ। ਹਾਂਜੀ,
ਜੇ ਪੱਗਾਂ ਦੀ ਗੱਲ ਕਰੀਏ ਤਾਂ ਇਹਨਾਂ ਕੋਲ ਪੱਗਾਂ ਦੀ ਵੀ ਵਰਾਇਟੀ ਹੈ, ਫੁੱਲ ਵੈਲ ਹੋ ਗਿਆ, ਰੂਬੀਆ ਵੈਲ ਹੋ ਗਿਆ, ਇਹਨਾਂ ਕੋਲ ਅਲੱਗ ਅਲੱਗ ਰੰਗ ਨੇ, ਪੱਗਾਂ ਦੇ ਬਹੁਤ ਸੋਹਣੇ ਸੋਹਣੇ ਰੰਗ ਨੇ ਅਤੇ ਬਹੁਤ ਹੀ ਵਧੀਆ ਪੱਗਾਂ ਅਵੇਲੇਬਲ ਨੇ। ਇਸ ਤੋਂ ਇਲਾਵਾ ਤੁਹਾਨੂੰ ਦੱਸ ਦਈਏ ਕਿ ਇਹ ਇੱਕ ਮਲਟੀ ਬ੍ਰਾਂਡਡ ਸਟੋਰ ਰੂਮ ਹੈ ਜਿੱਥੇ ਕਿ ਤੁਹਾਨੂੰ ਅਲੱਗ ਅਲੱਗ ਬ੍ਰਾਂਡਸ ਮਿਲਣਗੇ, ਜਿਵੇਂ ਕਿ ਸੀਆਰਾਮ ਹੋ ਗਿਆ, ਰੇਮੰਡ ਹੋ ਗਿਆ, ਇਹ ਅਜਿਹੇ ਬ੍ਰਾਂਡਸ ਦਾ ਨਾਮ ਤਾਂ ਬਹੁਤ ਵੱਡਾ ਹੈ, ਇੱਥੇ ਉਹ ਵੀ ਅਵੇਲੇਬਲ ਨੇ। ਸਾਡੇ ਕੋਲ ਲਹਿੰਗੇ ਹਰ ਪ੍ਰਾਈਸ 'ਤੇ ਤੁਹਾਨੂੰ ਮਿਲਣਗੇ, ਜਿੱਦਾਂ ਕਈ ਕੁੜੀਆਂ ਹੁੰਦੀਆਂ ਕਿ ਥੋੜ੍ਹੀਆਂ ਨੋਰਮਲ ਘਰਾਂ ਦੇ ਵਿੱਚੋਂ ਆਉਂਦੀਆਂ ਅਤੇ ਉਹਨਾਂ ਲਈ ਬਹੁਤ ਰੀਜ਼ਨੇਬਲ ਰੇਟ ਦੇ ਵਿੱਚ ਉਹਨਾਂ ਨੇ ਲੈਣੇ ਹੁੰਦੇ ਆ ਪ੍ਰਾਈਜ਼, ਅਤੇ ਉਸ ਕਰਕੇ ਉਹ 3-4 ਹਜ਼ਾਰ ਤੋਂ ਸ਼ੁਰੂ ਹੋ ਜਾਂਦਾ ਲਹਿੰਗਾ, ਔਰ ਉੱਪਰ ਆਪਾਂ ਨੂੰ ਜਿੰਨੀ ਰੇਂਜ ਤੁਸੀਂ ਕਹੋਗੇ ਉੱਪਰ ਰੇਂਜ ਮਿਲ ਜਾਏਗੀ। ਜੇ ਤੁਸੀਂ ਰੈਂਟ 'ਤੇ ਵੀ ਲੈਣਾ ਤਾਂ ਵੀ ਤੁਹਾਨੂੰ ਫਰੈਸ਼ ਪੀਸ ਹੀ ਦੇਵਾਂਗੇ, ਔਰ ਸਾਡੇ ਕੋਲੋਂ ਜਿਹੜਾ ਤੁਸੀਂ ਖਰੀਦਣਾ ਹੈ ਨਾ ਪੀਸ ਉਹ ਵੀ ਰੀਜ਼ਨੇਬਲ ਰੇਟ ਤੋਂ ਸਟਾਰਟ ਹੋ ਜਾਂਦਾ, ਅਤੇ ਇਸ ਕਰਕੇ ਸਾਡੇ ਕੋਲ ਦੋਨੋਂ ਆਪਸ਼ਨਸ ਹੈਗੀਆਂ, ਰੈਂਟ ਵੀ ਹੈਗਾ ਅਤੇ ਆਪਣਾ ਤੁਸੀਂ ਬਾਏ ਵੀ ਕਰ ਸਕਦੇ ਹੋ। ਹਾਂਜੀ, ਮੈਂ ਥੈਂਕ ਯੂ ਕਰਦੀ ਹਾਂ ਆਪਣੇ ਸਾਰੇ ਤਰਨ ਤਾਰਨ ਦੇ ਵਾਸੀਆਂ ਦਾ ਕਿ ਸਾਡੇ ਨਾਲ ਇੰਨਾ ਕੋਆਪਰੇਟ ਕਰਦੇ ਆ, ਸਾਡੇ ਕੋਲ ਸਾਨੂੰ ਵਿਸ਼ਵਾਸ ਕਰਕੇ ਸਾਡੇ ਦੁਕਾਨ 'ਤੇ ਆਉਂਦੇ ਆ, ਸਾਡੀ ਸ਼ੋਪ 'ਤੇ ਆਉਂਦੇ ਆ ਔਰ ਪਰਚੇਸ ਕਰਦੇ ਆ। ਔਰ ਮੈਂ ਇੱਕ ਹੋਰ ਥੈਂਕ ਯੂ ਕਰਾਂਗੀ ਆਪਣੀ ਇਸ ਪਰਿਵਾਰ ਦਾ, ਆਪਣੀ ਇਸ ਟੀਮ ਦਾ, ਜਿਹੜੇ ਸਾਡੇ ਨਾਲ ਹੱਥ ਨਾਲ ਹੱਥ ਵਟਾਉਂਦੇ ਆ ਔਰ ਸਾਡੀ ਸਾਰੀ ਜਿਹੜੀ ਸਰਵਿਸ ਆ ਉਹ ਪ੍ਰੋਪਰ ਦਿੰਦੇ ਆ ਕਸਟਮਰ ਨੂੰ। ਔਰ ਅਸੀਂ ਇਹ ਵੀ ਪ੍ਰੋਮਿਸ ਕਰਦੇ ਹਾਂ, ਮੈਂ ਅਤੇ ਮੇਰੀ ਟੀਮ ਸਾਰੀ, ਅਸੀਂ ਇਹ ਪ੍ਰੋਮਿਸ ਕਰਦੇ ਹਾਂ ਕਿ ਤਰਨ ਤਾਰਨ ਦੇ ਲੋਕਾਂ ਨੂੰ ਇਸ ਤੋਂ ਵੀ ਵਧੀਆ ਵਧੀਆ ਸਰਵਿਸ ਦਿੰਦੇ ਰਹਾਂਗੇ।